ਪੰਜਾਬੀ ਰੇਡੀਓ ਯੂਐਸਐਸ ਸੁਣ ਰਹੀਆਂ ਸਭ ਸੰਗਤਾਂ ਔਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਵੇਖਣ ਵਾਲੇ ਸਾਡੇ ਜਿੰਨੇ ਦਰਸ਼ਕ ਹੈ ਉਹਨਾਂ ਦਾ ਸਵਾਗਤ ਹੈ ਗੁਰਦੁਆਰਾ ਸ੍ਰੀ ਜਨਮਸਥਾਨ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਦੀ ਧਰਤੀ ਤੇ ਬੜਾ ਉਦੋਂ ਚਾਅ ਚੜਿਆ ਉਦਾਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਭੁੱਬੀ ਚਾਅ ਲੈ ਕੇ ਆਈਆਂ ਪਰ ਮੈਨੂੰ ਚਾਅ ਇਸ ਕਰਕੇ ਚੜਿਆ ਕਿ ਕੈਲੀਫੋਰਨੀਆ ਤੋਂ ਆਈ ਇੱਕ ਸੰਗਤ ਹੈ ਜਿਹੜੀ ਇਸ ਵੇਲੇ ਮੇਰੇ ਨਾਲ ਮੌਜੂਦ ਆ ਤੇ ਮੈਂ ਕਿਹਾ ਕਿ ਕਿਉਂ ਨਾ ਇਹਨਾਂ ਦੇ ਨਾਲ ਮੋਹ ਪਿਆਰ ਔਰ ਇਹਨਾਂ ਦੇ ਜਜ਼ਬਾਤ ਨੇ ਜਿਹੜੇ ਚੈੱਕ ਕੀਤੇ ਜਾਣ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੈਮਰੇ ਵੱਲ ਵੇਖ ਕੇ ਆਪਣਾ ਨਾਂ ਦੱਸੋ ਔਰ ਕਿੱਥੋਂ ਆਉਣਾ ਹੋਇਆ ਇਹ ਵੀ ਦੱਸੋ। ਮੇਰਾ ਨਾਂ ਅਮਰਜੀਤ ਕੌਰ ਹੈ ਜੀ ਤੇ ਮੈਂ ਯੂਨੀਵਰਸਿਟੀ ਕੈਲੀਫੋਰਨੀਆ ਮੰਡੀ ਕਦਮ। ਅੱਛਾ, ਰਿਗਾਰਡਿੰਗ ਕੋਈ ਗੱਲ ਨਹੀਂ, ਅਸੀਂ ਗੱਲਬਾਤ ਵੈਸੇ ਹੀ ਕਰ ਲੈਂਦੇ ਤੁਹਾਡੇ ਨਾਲ। ਇਹ ਦੱਸੋ ਕਿ ਆ ਕੇ ਇੱਥੇ ਨਿੱਘ ਪਿਆਰ ਜੋ ਮਿਲ ਰਿਹਾ ਆ ਉਹਨੂੰ ਕਿੱਦਾਂ ਵੇਖ ਰਹੇ ਜੇ, ਕਿੱਦਾਂ ਮਹਿਸੂਸ ਕਰ ਰਹੇ ਜੇ? ਸਾਨੂੰ ਬਹੁਤ ਪਿਆਰ ਮਿਲਿਆ ਇੱਥੇ ਦੀਆਂ ਸੰਗਤਾਂ ਕੋਲੋਂ, ਸਾਨੂੰ ਬਹੁਤ ਚੰਗਾ ਲੱਗਿਆ ਬਾਬਾ ਜੀ ਦੇ ਜਨਮ ਸਥਾਨ 'ਤੇ ਆ ਕੇ ਜੋ ਗੱਲ ਬਚਪਨ ਤੋਂ ਸੁਣਦੇ ਆ ਰਹੇ ਸਾਂ ਜਿਹੜੀਆਂ ਗੱਲਾਂ, ਉੱਚਾ ਦਰ ਬਾਬੇ ਨਾਨਕ ਦਾ ਸੋਭਾ ਸੁਣ ਕੇ ਆਇਆ ਅਸੀਂ, ਉਹ ਸੋਭਾ ਬੇਅੰਤ ਅਸੀਂ ਉਹਦਾ ਕਹਿ ਨਹੀਂ ਸਕਦੇ ਕਿੰਨੀ ਕੁ ਸੋਭਾ ਸੁਣੀ ਹੈ, ਇੱਥੇ ਆ ਕੇ ਵੇਖੀ ਆ। ਵਾਹ 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 ਵਾਹ, ਥੈਂਕ ਯੂ। ਕਹਿੰਦੇ ਨੇ ਕਿ ਹਾਣ ਨੂੰ ਹਾਣ ਮਿਲ ਜਾਏ ਤੇ ਚਾਹ ਹੋਰ ਵੀ ਦੁਣੇ ਹੋ ਜਾਂਦੇ। ਲੋ ਜੀ, ਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹੋਏ ਸਾਡੇ ਵੀਰ ਦਾ ਨਾਂ ਕੀ? ਗੁਰਜੋਤ। ਸਤਿ ਸ਼੍ਰੀ ਅਕਾਲ ਜੀ, ਗੁਰਜੋਤ ਮੇਰਾ ਨਾਂ ਹੈਗਾ। ਤੁਸੀਂ ਵੀ ਕੈਲੀਫੋਰਨੀਆ ਤੋਂ? ਹਾਂ ਜੀ, ਕੈਲੀਫੋਰਨੀਆ। ਹਾਂ ਜੀ। ਅੱਛਾ, ਵੈਸੇ ਜਵਾਨ ਪੀੜ੍ਹੀ ਬਹੁਤ ਨਾ ਘੱਟ ਆਉਂਦੀ ਹੈ, ਕਿੱਦਾਂ ਬਣ ਪਿਆ ਵੀ ਸਾਰੇ ਚੱਲੇ, ਚਲੋ ਮੈਂ ਇਕੱਲੇ ਨੇ ਘਰ ਕੀ ਕਰਨਾ, ਮੈਂ ਵੀ ਚੱਲਣਾ? ਹਾਂ, ਇਹ ਮੇਰਾ ਸ਼ੌਂਕ ਸੀ ਨੂੰ ਆਏ ਪਾਕਿਸਤਾਨ ਨੂੰ ਆਉਣ, ਸੋ ਮੈਂ ਵੀ ਆ ਗਿਆ ਫੈਮਿਲੀ ਦੇ ਨਾਲ ਤੇ ਸੋ ਫਾਰ ਵਧੀਆ ਹੈਗਾ ਐਕਸਪੀਰੀਅੰਸ ਪੂਰਾ, ਸਾਰੇ ਲੋਕ ਇੱਥੇ ਵਧੀਆ ਹੈਗਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ। ਫਿਰ ਕਿੱਥੇ ਕਿੱਥੇ ਜਦੋਂ ਅੱਗੇ ਕਿੱਥੇ ਕਿੱਥੇ ਜਾਣਾ? ਹੁਣ ਦੋ ਪਹਿਲਾਂ ਕਰਤਾਰਪੁਰ ਨੂੰ ਗਏ ਸੀ ਤੇ ਫਿਰ ਹੁਣ ਅੱਜ ਇੱਥੇ ਆ ਗਏ ਨਨਕਾਣਾ ਸਾਹਿਬ। ਕੀ ਨਜ਼ਾਰੇ ਸਨ ਕਰਤਾਰਪੁਰ, ਜ਼ਰਾ ਦੱਸੋ ਹਾਂ ਸਾਡੇ ਸਰੋਤਿਆਂ ਨੂੰ ਵੀ ਔਰ ਦਰਸ਼ਕਾਂ ਨੂੰ ਵੀ। ਹਾਂ ਜੀ, ਇੱਕ ਵਾਰੀ ਕਿਆ ਪੁੱਛੋ ਲਿਸਨਰਸ ਨੂੰ ਔਰ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਦੱਸੋ ਕਰਤਾਰਪੁਰ ਤੁਸੀਂ ਕੀ ਦੇਖਿਆ? ਉਹ ਤੇ ਆਪਣਾ ਬਹੁਤਾ ਕੁਛ ਦੇਖਿਆ, ਇਮਰਾਨ ਖਾਨ ਦੇਖਿਆ, ਸਿੱਧੂ ਸਾਹਿਬ ਵੀ ਦੇਖਿਆ ਤੇ ਵਧੀਆ ਬਣਾਇਆ ਪੂਰਾ, ਜਿਵੇਂ ਬਣਿਆ ਪਿਆ ਮੈਂ ਕੋਈ ਹੋਰ ਗੁਰਦੁਆਰਾ ਦੇਖਿਆ ਨਹੀਂ, ਸੋ ਵਧੀਆ ਪੂਰਾ ਸੀ ਉੱਥੇ, ਬੜਾ ਮੈਨੂੰ ਚੰਗਾ ਲੱਗਿਆ। ਪਾਕਿਸਤਾਨੀ ਸਰਕਾਰ ਵੱਲੋਂ ਬਾਹਾਂ ਖੋਲ ਕੇ ਜੀ ਆਇਆਂ ਨੂੰ ਆਖਿਆ ਗਿਆ, 72 ਵਰਿਆਂ 'ਚ ਬਜ਼ੁਰਗਾਂ ਨੂੰ ਦੱਸਿਆ ਹੋਏਗਾ ਇਹੋ ਜਿਹਾ ਕੰਮ ਨਹੀਂ ਹੋਇਆ, ਇਹ ਪਹਿਲੀ ਵਾਰ ਜਿਹੜਾ ਹੋਇਆ ਆ। ਹੁਣ ਤੁਹਾਡੇ ਵੈਸੇ ਉੱਥੇ ਕੈਲੀਫੋਰਨੀਆ ਬਹਿ ਕੇ ਕੀ ਅਹਿਸਾਸਾਤ ਨੇ? ਮੈਂ ਜਸ ਮੇਰੇ ਦੋਸਤ ਨੂੰ ਕਹਿਣਾ ਇੱਥੇ ਵਧੀਆ ਹੈਗਾ ਜਗ੍ਹਾ, ਜਸ ਆ ਇਕੱਲਾ ਕਹਿਣਾ ਹੈਗਾ ਇੱਥੇ ਪਾਕਿਸਤਾਨ ਨੂੰ ਆਓ, ਦੇਖੋ ਆਪਣਾ ਗੁਰਦੁਆਰੇ ਤੇ ਬੜਾ ਵਧੀਆ ਹੈਗਾ ਇੱਥੇ। ਥੈਂਕ ਯੂ, ਥੈਂਕ ਯੂ। ਅੱਛਾ, ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਅੱਗੇ ਆ ਜਾਓ। ਕੀ ਨਾਂ ਆਪਣਾ? ਮੇਰਾ ਨਾਂ ਸੁਖਵਿੰਦਰ ਹੈ ਜੀ, ਮੈਂ ਹੇਵਰਡ ਕੈਲੀਫੋਰਨੀਆ ਤੋਂ ਆਇਆ ਇੱਥੇ ਤੇ ਮੈਨੂੰ ਇਨਕਰੇਜ ਕੀਤਾ ਮੇਰੇ ਬੇਟੇ ਨੇ ਗੁਰਜੋਤ ਨੇ ਇੱਥੇ ਆਉਣ ਵਾਸਤੇ। ਅੱਛਾ, ਮੈਂ ਸਮਝਿਆ ਸੀ ਤੁਸੀਂ ਨਾਲ ਆ ਗਏ ਜੀ। ਨਹੀਂ ਜੀ, ਨਹੀਂ ਜੀ, ਉਹਨੇ ਇਨਕਰੇਜ ਕੀਤਾ, ਉਹਨੇ ਕਿਹਾ ਕਿ ਮੈਂ ਜਾਣਾ ਤੇ ਫਿਰ ਮੈਂ ਉਹਨੂੰ ਦੇਖ ਕੇ ਮੈਂ ਇੱਥੇ, ਪਰ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਦੇਖ ਕੇ ਬਹੁਤ ਸਾਰਾ। ਕਿੱਥੇ ਕਿੱਥੇ ਫਿਰ ਆਏ ਜੀ ਤੇ ਅੱਗੇ ਸਕੈਜੂਅਲ 'ਚ ਕਿੱਥੇ ਕਿੱਥੇ ਜਾਣਾ? ਅਸੀਂ ਕਰਤਾਰਪੁਰ ਸਾਹਿਬ ਹੋ ਕੇ ਆਏ ਜੀ, ਉਸ ਤੋਂ ਬਾਅਦ ਅਸੀਂ ਕੱਲ੍ਹ ਸਾਰੇ ਲਾਹੌਰ ਦੇ ਗੁਰਦੁਆਰਾ ਸਾਹਿਬ ਵੇਖੇ ਨੇ ਤੇ ਅੱਜ ਅਸੀਂ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰਾ ਸਾਹਿਬ ਦੇਖ ਕੇ ਅਸੀਂ ਇੱਥੇ ਪਹੁੰਚੇ ਹਾਂ ਤੇ ਇਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈਗਾ ਹੈ ਭਾਈ ਕੇ ਮੱਟੂ, ਜਿਹੜਾ ਕਿ ਇਹਨਾਂ ਦਾ ਅਸਲੀ ਪਿੰਡ ਹੈ। ਹਾਂਜੀ, ਮੇਰੇ ਸਾਰੇ ਅਸਲੀ ਉੱਥੇ ਨੇ ਤੇ ਅਸੀਂ ਉੱਥੇ ਜਾਣਾ ਹੈ ਉੱਥੇ ਦੇਖ ਕੇ। ਇਹ ਦੱਸੋ ਕਿ ਜੋ ਅਪਰਾਲੇ ਜੋ ਬੰਦੋਬਸਤ ਕੀਤੇ ਗਏ ਨੇ ਪਾਕਿਸਤਾਨੀ ਸਰਕਾਰ ਵੱਲੋਂ, ਕੋਈ ਉਸ ਬਾਰੇ ਕੀ ਸ਼ਬਦ ਨੇ ਤੁਹਾਡੇ? ਬਹੁਤ ਅੱਛਾ ਹੈ, ਸਾਨੂੰ ਬੜਾ ਡਰ ਲੱਗਦਾ ਸੀ ਜ਼ਰੂਰ ਕਿ ਅੱਛਾ ਵੀ ਪਤਾ ਨਹੀਂ ਇੱਥੇ ਆ ਕੇ ਇਹਨੂੰ ਕਿਸ ਤਰ੍ਹਾਂ ਦਾ ਲੱਗਣਾ, ਪਰ ਹੁਣ ਬਿਲਕੁਲ ਡਰ ਨਹੀਂ ਲੱਗਦਾ, ਅੱਛਾ ਲੱਗ ਰਿਹਾ, ਠੀਕ ਲੱਗ ਰਿਹਾ। ਹਾਂਜੀ, ਸਾਡੀ ਅਰਦਾਸ ਹੈ ਕਿ ਵਾਪਸ ਜਾਓ, ਸੋਹਣੀਆਂ ਯਾਦਾਂ, ਸੋਹਣੀਆਂ ਦੁਆਵਾਂ ਔਰ ਸੋਹਣੀਆਂ ਗੱਲਾਂ ਜਿਹੜੀਆਂ ਉਹ ਲੈ ਕੇ ਜਾਓ। ਬਹੁਤ ਧੰਨਵਾਦ ਕਿ ਤੁਸੀਂ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਕੈਮਰੇ ਵੱਲ ਵੇਖ ਕੇ ਜ਼ਰਾ। ਹਾਂਜੀ, ਵਰ ਜੀ ਖਾਲਸਾ, ਵਰ ਜੀ ਫਤਿਹ। ਤੇ ਨਾਂ ਆਪਣਾ? ਮੇਰਾ ਨਾਂ ਵਿਕਰਮਜੀਤ ਸਿੰਘ ਹੈ ਜੀ। ਕਿੱਥੋਂ ਆਉਣਾ ਹੋਇਆ? ਅਸੀਂ ਹੇਵਰਡ ਕੈਲੀਫੋਰਨੀਆ ਤੋਂ ਆਏ ਹਾਂ। ਅੱਛਾ, ਤੇ ਕਿੱਥੇ ਕਿੱਥੇ ਹੁਣ ਇਹ ਜਿਹੜਾ ਪਲਾਨ ਹੈ ਫਿਰਨਾ ਤੁਰਨਾ? ਸ਼ੋਪਿੰਗ ਵੱਲੋਂ ਤੇ ਬੋਝ ਹੈ ਜਿਹੜਾ ਤੁਹਾਡਾ ਹੀ ਇੱਕ ਟੀਚਿਆ ਹੋਣਾ? ਨਹੀਂ ਜੀ, ਮੇਰਾ ਤੇ ਇੰਨਾ ਟੀਚਾ ਨਹੀਂ ਸੀਗਾ, ਪਰ ਦੇਖੋ ਮੇਰਾ ਪਹਿਲਾਂ ਇਕੱਲੇ ਆਉਣ ਦਾ ਪ੍ਰੋਗਰਾਮ ਸੀ ਔਰ ਬੇਟਾ ਅੱਜ ਨੇ ਕਦੀ ਪਾਕਿਸਤਾਨ, ਇਹਨੂੰ ਪਤਾ ਸੀ ਕਿ ਸਾਡਾ ਪੁਰਾਣਾ ਜੱਦੀ ਪਿੰਡ ਉੱਥੇ ਹੈਗਾ ਔਰ ਉੱਥੇ ਇਤਿਹਾਸਕ ਗੁਰਦੁਆਰਾ ਵੀ ਹੈਗਾ ਜਿਹਦੀ ਕਿ ਪਿਛਲੇ ਸਾਲ ਤੋਂ ਰੈਨੋਵੇਸ਼ਨ ਹੋਣੀ ਸ਼ੁਰੂ ਹੋਈ ਹੈ। ਮੱਟੂ ਭਾਈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਘਰ ਹੈ ਖਰਾ ਸਾਹਿਬ, ਔਰ ਉੱਥੇ ਰੈਨੋਵੇਸ਼ਨ ਹੋ ਰਹੀ ਹੈ, ਸੇਵਾ ਹੋ ਰਹੀ ਹੈ ਔਰ ਖੁਸ਼ਕਿਸਮਤੀ ਨਾਲ ਔਰ ਗੁਰਦੁਆਰਾ ਇੰਟਰਨਲੀ ਸਾਰਾ ਬੜਾ ਇੰਟੈਕਟ ਹੈ ਔਰ ਆਰਟ ਵਰਕ ਜਿਹੜਾ ਹੋਇਆ ਇਹਦੀ ਕੋਈ ਮਿਸਾਲ ਨਹੀਂ ਉੱਥੇ, ਮਤਲਬ ਸਟਿਲ ਗਲਿਟਰ ਵਿਦਆਊਟ ਐਨੀ ਕੋਈ ਵੀ ਕਿਸੇ ਕਿਸਮ ਦੀ ਸਾਂਭ ਸੰਭਾਲ ਤੋਂ ਉਹ ਪੇਂਟ ਆਰਟ ਵਰਕ ਅਜੇ ਵੀ ਬਹੁਤ ਸੋਹਣਾ ਹੈ ਔਰ ਬਾਹਰੋਂ ਥੋੜ੍ਹਾ ਡੈਮੇਜ ਹੋਇਆ ਸੀਗਾ ਔਰ ਉਹਦੀ ਹੋ ਰਹੀ ਹੈ, ਸਫਾਈ ਹੋ ਰਹੀ ਹੈ ਔਰ ਕੁਛ ਪੁਜ਼ੈਸ਼ਨ ਵੀ ਸਨ ਹੋਏ ਕੋਈ ਗਲਤ ਲੋਕਾਂ ਦੇ ਔਰ ਐਡਮਿਨਿਸਟ੍ਰੇਸ਼ਨ ਨੇ ਸਾਡੀ ਇੰਨੀ ਇਮਦਾਦ ਕੀਤੀ ਹੈ ਕਿ ਡੀ ਸੀ ਖੁਦ ਉੱਥੇ ਚਲੇ ਗਏ, ਡੀ ਸੀ ਸਾਹਿਬ, ਔਰ ਉਹਨਾਂ ਨੇ
पटवारी नू तहसीलदार जिन्ने महकमे दे बंदे बुला के फटाफट लाइना लगवा के और जिन्ने बंदे दे गलत पोजेशन किए हुए सन गुरुद्वारे की जगह से उन्हें आर्डर कर दिते भी पंजे दिन अपना समान चुक लो नहीं तो बलडोजर के नाल असीं क्लीन अप करवा देंगे। इन्नी कु मतलब कि जिते एक जाते हाँ ईवन कि असीं कार चाहते वेख्या बड़ा महसूस किया जी सरदार साहब गड्डी च बैठे ने टोल ही नहीं लेना गड्डी तो जो भावे थोड़ी जी गल है पर फील कि रिकॉग्निशन आई है कितने तुम्हें जाना है सरदार साहब तुहाडे नाल खलो के फोटो खिचा सकते हैं। ये गुरु गोबिंद सिंह जी का दिता हुआ सरूप है और साडे सारे अगे यही बेनती है भी इस सरूप में सांभीए। मैं कल लाहौर शहर के लोकल गुजरे उत्थे किले महाराजा रणजीत सिंह का और उस मस्जिद है एक इतिहासक डेरा साहब गुरुद्वारा साहब हैगा उत्थे मतलब कि नॉन सिख बहुत ज़्यादा संगत सन और इन्ने लोगों ने चा दे नाल सरदार जी सत श्री अकाल नाल खलो खलो के लोगों ने यही कोशिश की कि असी सा फोटो खिचाओ तुम महसूस होंगे भी यार ये मैं कहना महाराज का कोई जारी कला है कि जरा इन्हें एटीट्यूड चेंज हो चुका है तो मैं संगत अगे अरदास करा वेखो कि हालातों से संगत रह रही हैं सवात घाटी और सिंध वर्गे इलाकों चो और वो लोग इन्नी डिवोशन के नाल इन्ने प्यार इतने आके सेवा कर रही हाँ। मैं लंगर च मैं हैरान हाँ हैरान हाँ अरदास दिने और सल्यूट कर रहा भी सवात घाटी वर्गी दल्ला सुन के असी अमेरिका च बैठे भी उत्थे किदां दे हालात होणगे और अपने खालसा कौम के बंदे योधे उत्थे डटे ने और किसी गल तो डरदे भै विच नहीं उत्थे ही ने चढ़दियां कलां च ने और असीं बेनती करदे हां भी जो गुरु साहब ने इस रूप सानू बख्शे हैगा जिन्हों सलामां हो रही ने इस रूप में जरूर असीं सांभीए। जे असीं हर रोज़ एक सिख अरदास करदा है कि सिखां नू सिखी दान केस दान तो महाराज दान दे रहे ने और इस रूप में सांभीए यही अरदास है और इत्थे जरूर चक्कर मारीए अपने इतिहास नू जिन्ना भी असे लवेंगे अगों बच्चे जुड़नगे ये बच्चे दे जिवें इस बच्चे मन च चा पैदा होया आई एम प्रीटी श्योर कि होर भी बच्चों इनकरेज करेगा कि जाओ भी तुहाडा इतिहास की हैगा जदों इन्हां दे अंदर चा पैदा हो गया फिर सानू बहुत ही इन्हां कहने की जरूरत नहीं पड़ी होनी फिर इन्हें आप ही सब कुछ खोद लेना है। बड़ी मेहरबानी बहुत धन्यवाद कि तुसीं कुछ समय दिता थैंक यू सो मच वाह जी खालसा बहुत बहुत धन्यवाद थैंक यू वेरी मच। लो जी पंजाबी रेडियो यूएसए से सुनने वालों लिए और देखने वालों लिए सोशल मीडिया राही देखने वालों लिए रेडियो राही सुनने वालों लिए हुण तक लिसका इन्ना मिलने हैं कुछ चिर बाद गुरुद्वारा श्री जन्म स्थान तो एक बार फिर।